जिन ए मंदर की ना
sangre de deina rede ਤੇ ਗੁਰਮਤ ਦੇ ਕਨਸੈਪਟ ਵਿੱਚ ਦੁਨੀਆ ਦਾ ਹਰ ਮਨੁੱਖ ਜੋਗੀ ਵੀ ਹੈ ਹੈ ਜੋਗੀ ਇਹ ਗੱਲ ਵੱਖਰੀ ਹੈ ਕਿ ਇਸ ਨੇ ਜੁਗਤ ਜਾਣੀ ਨੇ ਜਾਣੀ ਨਹੀਂ ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ ਜੋਗੀ ਜੁਗਤ ਨਾ ਜਾਣੇ ਆਉਂਦੇ ਕਿਉਂਕਿ ਜੋਗੀ ਦਾ ਅਰਥ ਤੇ ਹੈ ਮਿਲਣ ਵਾਲਾ ਮਿਲਾਪ ਦਿੱਤਾ ਵਾਲਾ ਯੋਗ ਦਾ ਅਰਥ ਹੈ ਮਿਲਾਉਣਾ ਮਿਲਣਾ ਤੇ ਦੁਨੀਆਂ ਦਾ ਹਰ ਜੀਵ ਪੈਦਾ ਜੋਗੀ ਰੂਪ ਵਿੱਚ ਹੋਈ ਕਿਉਂਕਿ ਮਿਲਣ ਲਈ ਆਇਆ ਏਦਾਂ ਹੀ ਮਿਲੀ ਮਿਲਣ ਲਈ ਇਹਨੂੰ ਮਿਲਣਾ ਨਹੀਂ ਆਇਆ ਲੇਕਿਨ ਜਦੋਂ ਜੀਵਨ ਮਿਲਿਆ ਉਹ ਯੋਗੀ ਦੇ ਰੂਪ ਵਿੱਚ ਮਿਲਿਆ ਤੂੰ ਮਿਲਣ ਜਾ ਰਿਹਾ ਆਪਾਂ ਗੁਰਬਾਣੀ ਵਿੱਚ ਪੜ੍ਹਨੇ ਆ ਜਿੰਦਾ ਕਦੀ ਕਿਸੇ ਨੇ ਦਰਵਾਜ਼ਾ ਨਾ ਰੱਖਿਆ ਹੋ ਜਿੰਦਾ ਦਰਵਾਜ਼ਾ ਹੀ ਕੋਈ ਨਹੀਂ ਉਹਦੇ ਵਿੱਚ ਕੋਈ ਪ੍ਰਵੇਸ਼ ਕਿਵੇਂ ਕਰੇਗਾ ਤੇ ਨਿਕਲੇਗਾ ਕਿਵੇਂ ਉਸ ਘਰ ਦਾ ਹੀ ਕੋਈ ਫਾਇਦਾ ਨਹੀਂ ਚਾਰ ਚੁਫੇਰੇ ਉਹ ਬੰਦ ਹੈ ਕੋਈ ਦਰਵਾਜ਼ਾ ਨਹੀਂ ਪ੍ਰਵੇਸ਼ ਲਈ ਦਰਵਾਜ਼ਾ ਚਾਹੀਦਾ ਇਸੇ ਲਈ ਘਰ ਵਿੱਚ ਜਦੋਂ ਮਨੁੱਖ ਵੜਦਾ ਹੈ ਨਾ ਉਸ ਦਿਹਾੜੇ ਦਾ ਨਾਂ ਹੀ ਇਹਨੇ ਗ੍ਰਹਿ ਪ੍ਰਵੇਸ਼ ਰੱਖਦੇ ਹੈ ਕਈ ਵਾਰ ਦੇਖ ਲਈ ਫਲਾਣੇ ਦਾ ਅੱਜ ਕਿਹੜਾ ਸਮਾਂ ਕੀ ਦਿਨ ਮਨਾ ਰਿਹਾ ਅਸਾਂ ਪਾਖਣੇ ਆ ਅੱਜ ਉਹਨੇ ਘਰ ਨਵਾਂ ਲਿਆ ਹੈ ਤੇ ਗ੍ਰਹਿ ਪ੍ਰਵੇਸ਼ ਹੈ ਤੇ ਪ੍ਰਵੇਸ਼ ਕਿੱਥੋਂ ਕਰੇਗਾ ਜੇ ਦਰਵਾਜ਼ਾ ਹੀ ਨਾ ਹੋ ਇਸ ਲਈ ਘਰ ਦਾ ਬਹੁਤ ਜ਼ਰੂਰੀ ਹਿੱਸਾ ਹੈ ਦਰਵਾਜ਼ਾ ਸਿਆਣੇ ਲੋਕ ਤੇ ਕਈ ਵਾਰ ਘਰ ਨਾਲੋਂ ਜ਼ਿਆਦਾ ਧਿਆਨ ਦਿੰਦੇ ਨੇ ਦਰਵਾਜ਼ੇ ਦੀ ਬਣਾਵਟ ਦਰਵਾਜ਼ਾ ਖੂਬਸੂਰਤ ਬਣਾ ਦਿੰਦੇ ਜ਼ਿਆਦਾ ਧਿਆਨ ਦਿੰਦੇ ਕਿਉਂਕਿ ਹਰ ਇੱਕ ਦੇ ਪ੍ਰਵੇਸ਼ ਦਾ ਸਾਧਨ ਪਰ ਨਾਲੀ ਮੇਕਰ ਕਿਸੇ ਇੱਕ ਖਿਆਲ ਕਰਿਓ ਦਰਵਾਜ਼ਾ ਜਿਹੜਾ ਹੈ ਉਹ ਪ੍ਰਵੇਸ਼ ਲਈ ਹੈ ਰਹਿਣ ਲਈ ਤੁਸੀਂ ਦਰਵਾਜ਼ੇ ਵਿੱਚ ਕਦੀ ਕੋਈ ਖੜਾ ਰਵੇ ਤਾਂ ਕੋਈ ਫਾਇਦਾ ਨਹੀਂ ਬਲਕਿ ਲੋਕ ਆਖਦੇ ਨੇ ਦਰਵਾਜ਼ੇ ਵਿੱਚ ਖੜੇ ਨਹੀਂ ਹੋਈਦਾ ਦਰਵਾਜ਼ਾ ਕੇਵਲ ਲੰਘਣ ਲਈ ਦਰਵਾਜ਼ਾ ਕੇਵਲ ਪ੍ਰਵੇਸ਼ ਲਈ ਤੇ ਜੇ ਕੋਈ ਦਰਵਾਜ਼ੇ ਵਿੱਚ ਹੀ ਖਲੋ ਜਾਏ ਆਖਿਰ ਸਭ ਤੋਂ ਜ਼ਰੂਰੀ ਚੀਜ਼ ਘਰ ਦੀ ਦਰਵਾਜ਼ਾ ਤੇ ਇੱਥੇ ਹੀ ਖਲੋ ਜਾਓ ਅੰਦਰ ਕਦੀ ਵੜੇ ਹੀ ਨਾ ਐਸੇ ਮਨੁੱਖ ਦਾ ਬੇਸ਼ੱਕ ਆਪਣਾ ਘਰ ਵੀ ਹੋਵੇ ਜਿੱਥੇ ਕੋਈ ਪ੍ਰਵੇਸ਼ ਨਾ ਕਰੇ ਉਸ ਘਰ ਦੀ ਸਫਾਈ ਨਹੀਂ ਰਹਿੰਦੀ
ਉੱਥੇ ਕਦੀ ਕੋਈ ਮਹਿਮਾਨ ਨਹੀਂ ਆਉਂਦਾ, ਕਦੀ ਉੱਥੋਂ ਦੀ ਸਜਾਵਟ ਤੇ ਡੈਕੋਰੇਸ਼ਨ ਨਹੀਂ ਹੁੰਦੀ, ਕਿਉਂਕਿ ਦਰਵਾਜ਼ੇ ਤਾਂ ਕੋਈ ਵੜਿਆ ਹੀ ਨਹੀਂ, ਅੱਗੇ ਵਧੀਆ ਹੀ ਹੈ ਜ਼ਰੂਰੀ, ਪਰ ਲੰਘਣ ਲਈ ਹੈ, ਉੱਥੇ ਅਟਕਣ ਲਈ ਨਹੀਂ, ਰੁਕਣ ਲਈ ਨਹੀਂ। ਹੁਣ ਜੋਗੀ ਨੇ ਯੋਗ ਕਮਾਉਣਾ ਸੀ, ਰੱਬ ਨੂੰ ਮਿਲਣਾ ਸੀ, ਗੋਬਿੰਦ ਮਿਲ ਕੀ ਹੈ ਤੇਰੀ ਬਈ ਹੈ, ਦੁਨੀਆਂ ਦਾ ਹਰ ਜੀਵ ਜੋਗੀ ਮਿਲਣਾ ਸੀ, ਪਰ ਹੋਇਆ ਕੀ, ਉਹ ਮਿਲਿਆ ਭਈ ਪ੍ਰਾਪਤ ਮਨੁੱਖ ਦੇ ਹੋਈ ਆ, ਮਨੁੱਖਾਂ ਦੇ ਹੀ ਮਿਲੀ ਦਰਾਜ਼ਨ ਦੇ, ਮੈਂ ਇੱਥੋਂ ਲੰਘ ਅੰਦਰ ਪ੍ਰਵੇਸ਼ ਕਰ ਤੇ ਪ੍ਰਾਪਤੀ ਕਰ, ਯੋਗ ਮਿਲਾਪ ਦੇਖ। ਇਸ ਲਈ ਕਿਸੇ ਸੋਦਲ ਦੇ ਵਿਆਖਿਆ ਕਰਦੇ ਆ ਵੀ ਡਰ ਤੇ ਛੱਡ ਨਹੀਂ ਦਿੱਤਾ, ਕਹਿਣ ਲੱਗੇ ਡਰ ਵਿੱਚੋਂ ਲੰਘ ਕੇ ਘਰ ਤੇ ਪਹੁੰਚ, ਇਹਦਾ ਡਰ ਹੀ ਵੇਖ ਲਵੇ ਕਿਹੋ ਜਿਹਾ, ਘਰ ਨਾ ਵੇਖੇ ਕਿਹੋ ਜਿਹਾ, ਕਿਉਂਕਿ ਬੈਠਾ ਤਾਂ ਘਰ ਵਿੱਚ ਹੈ, ਲਫ਼ਜ਼ ਆਏ ਸਨ ਸੋ ਡਰ ਤੇਰਾ ਕਿਹਾ, ਫਿਰ ਕਹਿਣ ਲੱਗੇ ਨਹੀਂ ਇੱਥੇ ਬਸ ਨਹੀਂ, ਸੋ ਘਰ ਕਿਹਾ ਜਿੱਤ ਪੈ ਸਰਬ ਸਮਾਲੇ, ਬੈਠ ਉੱਥੇ ਡਰ ਤੇ ਤੋਂ ਬੈਠਾ ਨਹੀਂ, ਡਰ ਤਾਂ ਕੇਵਲ ਤੇਰੇ ਪ੍ਰਵੇਸ਼ ਦਾ ਸਾਧਨ ਹੈ, ਅੰਦਰ ਲੱਗਣ ਦਾ ਸਾਧਨ, ਬੈਠਾ ਉਹ ਅੰਦਰ ਹੈ, ਉੱਥੇ ਤੂੰ ਪਹੁੰਚ ਨਹੀਂ ਰਿਹਾ, ਦਰਵਾਜ਼ੇ ਤੇ ਖਲੋਗੇ। ਗੁਰੂ ਆਖਦੇ ਨੇ ਨਹੀਂ, ਸੋ ਦਰ ਤੇਰਾ ਚਾਹੀਦਾ, ਦਰਵਾਜ਼ਾ ਵੀ ਹੈ ਮਨੁੱਖਾਂ ਦੇ ਕਰਮ ਖੇਤਰ ਵੀ ਚਾਹੀਦਾ, ਪਰ ਰੁਕਣ ਲਈ ਨਹੀਂ, ਡਰ ਨਹੀਂ ਸਮਝ ਘਰ ਵੀ ਸਮਝ ਜਿੱਥੇ ਬੈਠਾ ਹੈ, ਸੋ ਦਰ ਤੇਰਾ ਕਿਹਾ, ਫਿਰ ਕਹਿਣ ਲੱਗੇ ਨਹੀਂ ਅੱਗੇ ਵੀ ਸਮਝ, ਸੋ ਘਰ ਕਿਹਾ ਜਿੱਤ ਮੈਂ ਸਭ ਸਿਮਾ ਲਈ, ਬੈਠਾ ਤਾਂ ਉੱਥੇ ਹੈ। ਹੁਣ ਯੋਗੀ ਦਾ ਮਕਸਦ ਜਿਹੜਾ ਯੋਗ ਹੈ ਮਿਲਾਪ ਹੈ, ਉਹ ਤੇ ਘਰ ਵਿੱਚ ਪ੍ਰਵੇਸ਼ ਤੋਂ ਬਾਅਦ ਹੈ, ਘਰ ਵਿੱਚ ਬੈਠਾ, ਪਰ ਕਹਿਣ ਲੱਗੇ ਮੈਂ ਦੇਖਦਾ ਕੀ ਹੈ, ਯੋਗੀ ਵੀ ਦਰ ਤੇ ਰੁਕ ਗਿਆ, ਦਰ ਤੇ ਅਟਕ ਗਿਆ, ਇੱਥੇ ਨੇ ਆਪਣੇ ਦੁਆਰੇ ਦੁਆਲੇ ਰੱਬ ਦੇ ਮਿਲਣ ਦੀ ਲਾਲਸਾ ਦਾ ਕੰਸੈਪਟ ਲੈ ਕੇ ਆਪ ਵੱਲ ਨੂੰ ਸੋਚ ਕੇ, ਕਿਉਂਕਿ ਯੋਗੀ ਨੇ ਜੋਖਣ ਵੀ ਕੀਤਾ ਹੈ, ਕੀਤਾ ਤੇ ਇਹੋ ਆਖ ਕੇ ਨਾ ਵੀ ਰੱਬ ਦੇ ਮਿਲਣ ਦਾ ਸਾਧਨ, ਪਰ ਖਲੋ ਦਰਵਾਜ਼ੇ ਤੇ ਗਿਆ, ਜਦੋਂ ਜੋ ਕੁਝ ਵੀ ਕੀਤਾ ਉਹ ਤਨ ਤੇ ਖਲੋ ਗਿਆ, ਤਨ ਦੇ ਸਾਹ ਰੋਕਣੇ ਨੇ, ਨਾਭੀ ਤੇ ਰੋਕਣਾ, ਦਸਮ ਦੁਆਰ ਸਿਰ ਵਿੱਚ ਸਵਾਦੀਆਂ ਲਾਉਣੀਆਂ ਨੇ, ਆਸਨ ਕਰਨੇ ਨੇ, ਖਾਣਾ ਨਹੀਂ ਖਾਣਾ, ਜੰਗਲ ਦੇ ਫੁੱਲ ਫਲ ਪੱਤੇ ਖਾ ਕੇ ਗੁਜ਼ਾਰਾ ਕਰ, ਤੂੰ ਜੋ ਕੁਝ ਵੀ ਸੰਬੰਧ ਹੈ ਸਰੀਰ ਨਾਲ ਕਰ ਰਿਹਾ, ਤੇ ਉਹ ਸਮਝਦਾ ਹੈ ਸਰੀਰ ਦਾ ਦੇਹ ਅਭਿਆਸ ਜਿਹੜਾ ਹੈ ਇਹੋ ਯੋਗ ਹੈ, ਦੇਹ ਅਭਿਆਸ ਸਰੀਰ ਦਾ ਜਿਹੜਾ ਹੈ ਇਹ ਯੋਗ ਹੈ। ਉਹਨੇ ਆਪਣੇ ਦੁਆਲੇ ਜਿੰਨਾ ਯੋਗ ਦਾ ਸਾਧਨ ਸੀ ਉਹ ਤਨ ਤੇ ਨਿਰਭਰ ਕਰ ਲਿਆ, ਸਰੀਰ ਤੇ ਨਿਰਭਰ ਕਰ ਲਿਆ। ਹੁਣ ਯੋਗ ਮਤ ਜਿਹੜਾ ਗੁਰਮਤ ਵਿੱਚ ਪ੍ਰਵਾਨ ਨੇ ਉਹ ਸਾਰਾ ਸਰੀਰ ਤੇ ਖੜਾ ਹੈ, ਇਸੇ ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਸਰੀਰ ਦਾ ਯੋਗ ਜਿੰਨੇ ਆਸਨ ਨੇ ਸਾਰੇ ਸਰੀਰ ਦੇ ਨੇ, ਸਾਰਾ ਧਰਮ ਕਰਮੀ ਸਰੀਰ ਤੇ ਖਲੋ ਗਿਆ ਹੁੰਦਾ ਯੋਗੀ ਦਾ, ਇਸ ਤੋਂ ਅੱਗੇ ਨਹੀਂ। ਹੁਣ ਦੂਜੇ ਪਾਸੇ ਅਸੀਂ ਹਰ ਇੱਕ ਤੋਂ ਤਾਂ ਯੋਗੀ, ਇੱਕ ਤਾਂ ਹੀ ਗੱਲ ਹੈ ਨਾ, ਅਸੀਂ ਹਰ ਇੱਕ ਨੂੰ ਜਦੋਂ ਯੋਗੀ ਮੰਨ ਲੈਂਦੇ ਹਾਂ, ਹਰ ਜੀਵ ਜਿਹੜਾ ਯੋਗੀ ਹੈ, ਕਿਉਂਕਿ ਆਇਆ ਤਾਂ ਮਿਲਣ ਦੀ ਖਾਸ਼ ਨਾਲ ਹੈ, ਭਾਈ ਪ੍ਰਾਪਤ ਮਨੁੱਖ ਦੀ ਹੋਈ ਆ, ਗੋਬਿੰਦ ਮਿਲਣ ਕੀ ਹੈ ਤੇਰੀ, ਉਹਦੇ ਮਿਲਣ ਦਾ ਹੀ ਮਕਸਦ ਹੈ ਯੋਗੀ ਹੈ। ਪਰ ਕਹਿਣ ਲੱਗੇ ਮੈਂ ਆਮ ਦੁਨੀਆ ਸੰਸਾਰ ਵੀ ਦੇਖ ਰਿਹਾ, ਉਹ ਵੀ ਸਾਰਾ ਤਨ ਤੇ ਖਲੋ ਗਿਆ, ਵੀ ਮਿਲਾਪ ਦੇ ਸਾਧਨ ਸਾਰੇ ਤਣ ਦੇ ਬਣਾ ਲੈਣਗੇ, ਇਸ਼ਨਾਨ ਕਰਨਾ ਹੈ ਤਾਂ ਤਣ ਦਾ, ਸਵੇਰੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਤਣ ਦਾ। ਗੁਰੂ ਸਾਹਿਬ ਨੇ ਹਾਲਾਂਕਿ ਆਵਾਜ਼ ਦਿੱਤੀ, ਸੁੱਚੇ ਨਾ ਆਖੀਏ
ਬਹਿਣ ਜੇ ਪਿੰਡਾ ਧੋਏ ਸੁੱਚੇ ਸੇਹੀ ਨਾਨਕਾ ਜਿਨ ਮਨ ਵਸਿਆ ਸੋਏ। ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਤਣ ਧੋਤੇ ਮਨ ਅੱਛਾ ਨਾ ਹੋਏ। ਤਣ ਧੋ ਰਹੇ ਹੈ, ਦਰਵਾਜ਼ੇ ਨੂੰ ਝਾੜ ਪੂੜ ਕਰ ਰਹੇ, ਕਿਉਂਕਿ ਖੋਤਾ ਹੀ ਦਰਵਾਜ਼ੇ ਤੇ, ਅੱਗੇ ਤਾਂ ਤਰੇ ਉਤਰੇ ਨਹੀਂ, ਦਰਵਾਜ਼ੇ ਨੂੰ ਝਾੜ ਪੂੜ ਕਰ ਰਹੇ ਹੈ। ਅੰਦਰ ਮੈਲ ਚੜ ਗਈ, ਅੰਦਰ ਦੀ ਕੋਈ ਸਜਾਵਟ ਨਹੀਂ ਰਹੀ, ਕੋਈ ਖੂਬਸੂਰਤੀ ਨਹੀਂ ਰਹੀ, ਤੇ ਉਸ ਖੂਬਸੂਰਤ ਨਾਲ ਮਿਲਾਪ ਕਿਵੇਂ ਹੋਵੇਗਾ ਜਾਂ ਜਿਹਨੂੰ ਤੂੰ ਆਖ ਰਿਹਾ ਆਪ ਸੁੰਦਰ ਮਨਮੋਹਨ ਪਿਆਰੀ, ਐਸੇ ਘਰ ਵਿੱਚ ਤੈਨੂੰ ਕਿਉਂ ਕਿਵੇਂ ਦੱਸੇਗਾ। ਪਰ ਅੰਦਰ ਦੀ ਖੂਬਸੂਰਤੀ ਲਈ ਜ਼ਰੂਰੀ ਹੈ ਕਿ ਤੇਰਾ ਧਿਆਨ ਅੰਦਰ ਜਾਵੇ। ਤਰਨ ਕਰਮ ਜਿੰਨਾ ਅੱਜ ਦਾ, ਭਾਵੇਂ ਉਹ ਅਖੰਡ ਪਾਠ ਨੇ, ਭਾਵੇਂ ਦੀਵਾਨ ਨੇ, ਭਾਵੇਂ ਸਮਾਪਤੀ, ਭਾਵੇਂ ਇਸ਼ਨਾਨ ਨੇ, ਭਾਵੇਂ ਲੰਗਰ ਹੈ, ਲੰਗਰ ਅਸੀਂ ਉਹੀ ਕਰਾਉਂਦੇ ਹਾਂ ਜਿਹੜਾ ਤਰਨ ਨੇ ਖਾਣਾ। ਬਲਕਿ ਮੈਂ ਵੱਡੇ ਵੱਡੇ ਅਸਥਾਨਾਂ 'ਚ ਜਾ ਕੇ ਦੇਖਣਾ ਚਾਹੀਦੀ ਜਨ, ਇੱਥੇ ਤਾਂ ਗੁਰੂ ਦੀ ਬਖਸ਼ਿਸ਼ ਆਪਾਂ ਪਰਿਵਾਰ ਵਾਂਗੂ, ਇਸ ਲਈ ਨਿਯਮ ਚੱਲ ਰਿਹਾ, ਪਹਿਲੇ ਸਾਰੇ ਗੁਰੂਆਂ ਨੂੰ ਸਮਝਦੇ ਹੋ, ਬੈਠਦੇ ਹੋ, ਉਸ ਤੋਂ ਬਾਅਦ ਜਾ ਕੇ ਲੰਗਰ ਛੱਡਦੇ ਹੋ। ਪਰ ਆਮ ਗੁਰਦੁਆਰੇ ਵਿੱਚ ਜਾ ਕੇ ਤੁਸੀਂ ਦੇਖੋ, ਗੁਰਦੁਆਰਾ ਹਾਲ ਵਿੱਚ ਜਿੱਥੇ ਕੀਰਤਨ ਹੋ ਰਿਹਾ ਹੁੰਦਾ, ਵਿਆਹ ਵਿਚਾਰ ਹੋ ਰਹੀ ਹੁੰਦੀ ਹੈ, ਉੱਥੇ ਚਾਰ ਸੱਜਣ ਬੈਠੇ ਹੁੰਦੇ ਨੇ, ਉਹ ਵੀ ਪੰਜ ਚਾਰ ਮਿੰਟ ਕੋਈ ਬਹਿੰਦਾ, ਮੱਥਾ ਟੇਕ ਕੇ ਤੁਰ ਜਾਂਦਾ, ਤੇ ਲੰਗਰ ਵਿੱਚ ਜਾਓ ਲਾਈਨਾਂ ਲੱਗੀਆਂ ਹੁੰਦੀਆਂ। ਰੋਜ਼ਾਨਾ ਜੀਵਨ ਦੀ ਗੱਲ ਹੈ, ਦੇਖ ਸਕਦੇ ਵੱਡੇ ਵੱਡੇ ਸਥਾਨਾਂ 'ਤੇ ਲੰਗਰ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਨੇ, ਕਿ ਉੱਥੇ ਤਣ ਦਾ ਭੋਜਨ ਮਿਲਦਾ, ਮਨੁੱਖ ਤਣ 'ਤੇ ਖੜਾ। ਉਹ ਗੁਰਦੁਆਰੇ ਕੋਈ ਅੰਦਰ ਝਾਤ ਪਾਰ ਲਈ ਥੋੜ੍ਹਾ ਗਿਆ, ਗੁਰਬਾਣੀ ਨੇ ਅੰਦਰ ਝਾਤ ਪਾਉਣੀ, ਜੇ ਉਹ ਗੁਰਦੁਆਰੇ ਗਿਆ ਤੇ ਅੰਦਰ ਝਾਤ ਪਾਉਣ ਲਈ ਨਹੀਂ ਗਿਆ, ਉਹ ਤੇ ਤਣ ਦਾ ਲੰਗਰ ਛੱਡ ਗਿਆ, ਇਸ ਲਈ ਉਹਦਾ ਉੱਥੇ ਦਰਬਾਰ ਵਿੱਚ ਉਹਦਾ ਮਨ ਨਹੀਂ ਲੱਗਿਆ। ਹਾਲਾਂਕਿ ਗੁਰਬਾਣੀ ਆ ਦਿੱਤਾ ਲੰਗਰ ਚੱਲੇ, ਗੁਰ ਸ਼ਬਦ ਉਹ ਵੀ ਲੰਗਰ, ਪਰ ਮਨੁੱਖ ਨੂੰ ਉਸ ਲੰਗਰ ਤੇ ਮਨ ਨਹੀਂ ਲੱਗਾ, ਉਹ ਟੇਸਟ ਹੀ ਨਹੀਂ ਆਇਆ, ਉਹ ਥੱਲੇ ਚਲਾ ਗਿਆ ਚੱਲ ਕੇ ਲੰਗਰ ਛਕਦੇ ਆ। ਇੱਕ ਕੌੜੀ ਸੱਚਾਈ ਹੈ, ਰੋਜ਼ਾਨਾ ਜੀਵਨ ਤੁਸੀਂ ਅੱਖੀਂ ਦੇਖ ਸਕਦੇ ਹੋ, ਮਨੁੱਖ ਨੇ ਟੋਟਲੀ ਆਪਣਾ ਧਰਮ ਕਰਮ ਜਿਹੜਾ ਜਿਹਨੂੰ ਅਸੀਂ ਰੱਬ ਦਾ ਰਾਹ ਕਹਿੰਦੇ ਹਾਂ, ਉਹ ਸਾਰਾ ਤਣ ਤੇ ਖੜਾ ਕਰ ਲਿਆ, ਅੰਦਰ ਗਿਆ, ਦਰਵਾਜ਼ੇ ਟੋਕੇ ਨਹੀਂ ਲੱਗੇ। ਹੁਣ ਅਖੀਰ ਹੋਇਆ ਕਿ ਭਾਵੇਂ ਉਹ ਅੰਦਰ ਲੰਘਦਾ ਨਾ ਭਾਵੇਂ ਨਾ ਲੰਘਦਾ, ਆਖਰ ਉਮਰ ਦਾ ਜਿਹੜਾ ਸਮਾਂ ਸਰੀਰ ਨੂੰ ਮਿਲਿਆ, ਅਸੀਂ ਪ੍ਰਾਪਤ ਮਨੁੱਖ ਦੇ ਹੋਈਆਂ ਨੂੰ ਜਿਹੜਾ ਮਿਲਿਆ ਉਹ ਤੇ ਖਤਮ ਹੋਣਾ। ਇਸ ਦਾ ਸ਼ਬਦ ਕੰਸੈਪਟ ਮੈਂ ਸਾਂਝਾ ਕਰਨਾ ਚਾਹੁੰਦਾ ਸੀ, ਕੇਵਲ ਕਹਾਣੀ ਮੁਤਾਬਕ ਇੱਕ ਜੋਗੀ ਨਾਲ ਦੁਨੀਆਦਾਰ ਮਨੁੱਖ ਜੋਗੀ ਹੈ, ਹਰ ਇੱਕ ਨੂੰ ਹੁਕਮ ਹੈ ਜੋ ਕਮਾ ਰੱਬ ਨਾਲ ਮਿਲ, ਗੋਬਿੰਦ ਮਿਲ ਰੁਕੀ ਹੈ ਤੇਰੀ ਬਰਕਤ, ਤੂੰ ਜੋਗੀ। ਪਰ ਜਿਵੇਂ ਉਹ ਜੋਗੀ ਆਪਣੇ ਤਣ ਤੱਕ ਖਲੋ ਗਏ, ਇਵੇਂ ਦੁਨੀਆ ਦਾ ਹਰ ਮਨੁੱਖ ਜਿਹੜਾ ਧਰਮ ਨੂੰ ਕੇਵਲ ਤਣ ਤੱਕ ਰੋਕ ਬੈਠਾ ਹੈ, ਧਰਮ ਦੀ ਪਛਾਣ ਵੀ ਤਣ ਤੱਕ, ਲੜਾਈਆਂ ਝਗੜੇ ਗੁਰਦੁਆਰੇ ਵਿੱਚ ਕਿਉਂ ਹੁੰਦੇ ਨੇ ਤਣ ਤੇ। ਹੁਣ ਗੁਰੂ ਨੇ ਇੱਕ ਖਿਆਲ ਦਿੱਤਾ, ਕਹਿਣ ਲੱਗੇ ਮੈਂ ਇਹ ਦੇਖਦਾ ਜੋਗੀ ਚਲਾ ਗਿਆ ਪਰ ਜੋਗ ਪੂਰਾ ਨਾ ਹੋਇਆ, ਜਿੰਨਾ ਕੁ ਮਨ ਸਰੀਰ ਨੂੰ ਮਿਲਿਆ ਸੀ ਸਮਾਂ ਉਹ ਹਰ ਕਹਿੰਦਾ ਖਤਮ ਹੋ ਜਾਣਾ, ਹਰ ਜੋਗੀ ਨੇ ਚਲਾ ਜਾਣਾ, ਜਿੰਨੀ ਦੇਰ ਦੇਹੀ ਦੇ ਸੰਗ ਉਹ ਰਿਹਾ ਉਹ ਦੇਹੀ ਵਿੱਚ ਹੀ ਟਿਕੇ ਰਿਹਾ, ਦੇਹੀ ਨਾਲ ਹੀ ਸੰਗਤ ਉਹਨੇ ਕੀਤੀ, ਦੇਹ ਹੀ ਹੁੰਦਾ ਸਭ ਕੁਛ ਬਣਿਆ, ਦੇਹੀ ਤੋਰਨੀ ਸੰਗਤ ਵੱਲ ਵਧਿਆ ਹੀ ਨਾ, ਅਖੀਰ ਕੀ ਦੇਖਿਆ ਜੋਗੀ ਚਲਾ ਗਿਆ, ਜੋਗ ਨਾ ਪਿਆ ਕਿੱਥੇ ਚਲਾ ਗਿਆ, ਹੁਣ ਸਵਾਲ ਇਹ ਖੜਾ ਹੋ ਗਿਆ, ਕਹਿਣ ਲੱਗੇ ਜਾਣਾ ਕੀ ਸੀ। ਪ੍ਰਭੂ ਪਰਮੇਸ਼ਰ ਜਿਹਨੇ ਇਹਨੂੰ ਇਹ ਅਵਸਥਾ ਸ਼ਕਤੀ ਸੁਰਤ ਵਜਾਵਣ ਹਾਰੋ ਸਾਰਾ ਕੁਝ ਦਿੱਤਾ ਸੀ, ਜੀਵਾਤਮਾ ਦਿੱਤੀ ਸੀ ਇਸ ਦਰਵਾਜ਼ੇ ਤੋਂ ਲੰਘਣ ਲਈ, ਉਹ ਸਭ ਕੁਛ ਲੈ ਕੇ ਪ੍ਰਭੂ ਦੇ ਹੁਕਮ ਵਿੱਚ ਜਿਵੇਂ ਆਈ ਸੀ ਚਲੀ ਗਈ। ਗੁਰੂ ਨੇ ਬਾਣੀ ਵਿੱਚ ਵੀ ਆ ਦਿੱਤਾ, ਹੁਕਮੇ ਜੰਮਣ ਮੈਂ ਮਰਨਾ ਚਲਾ ਗਿਆ। ਹੁਣ ਜਿਹੜੀ
ਦੇਹ ਨਾਲ ਜਿਹੜੀ ਸਰੀਰ ਦੀ ਅਵਸਥਾ ਨਾਲ ਮਨੁੱਖ ਧਰਮ ਕਰਮ ਕਰਕੇ ਯੋਗ ਤੱਕ ਪਹੁੰਚਣਾ ਚਾਹੁੰਦਾ ਸੀ, ਮਿਲਾਪ ਤੱਕ ਪਹੁੰਚਣਾ ਚਾਹੁੰਦਾ, ਅੰਗੇ ਅੱਗੇ ਨਾ ਵਧਣ ਕਰਕੇ ਉਹ ਯੋਗ ਮਿਲਿਆ ਨਾ ਤੇ ਬਜਾਵਣ ਹਰ ਚਲਾ ਗਿਆ। ਕਹਿਣ ਲੱਗੇ ਦਸਵੇਂ ਦੁਆਰ ਵਿੱਚ ਕੋਈ ਬੂੰਦ ਨਹੀਂ, ਅੰਮ੍ਰਿਤ ਦੀ ਬੂੰਦ ਨਹੀਂ ਚੜਦੀ, ਉਹਨੇ ਅੰਦਰੋਂ ਦੇ ਅੰਦਰ ਕੋਈ ਅਣਹਤ ਨਾਦ ਨਹੀਂ ਬਚਦਾ। ਪਾਲਦੂ ਪ੍ਰਭੂ ਪਰਮੇਸ਼ਰ ਜਿਹਨੇ ਇਹ ਦੇਹ ਦਾ ਵਾਜਾ ਦਿੱਤਾ ਸੀ ਉਹ ਲੈ ਗਿਆ ਭਾਣਿਆਂ ਵਿੱਚ ਆਏ ਲੈ ਗਿਆ। ਹੁਣ ਵਾਜਾ ਹੈ ਪਰ ਵਜਾਉਣਾ ਹੈ ਕੋਈ ਨਹੀਂ। ਕਾਸ਼ ਕਦੇ ਸਿਰਫ ਦੇਹੀ ਦੇ ਨਾਲ ਨਾ ਰਹਿੰਦਾ, ਦੇਹੀ ਤੋਂ ਅੱਗੇ ਵਧਦਾ, ਦਰਵਾਜ਼ੇ ਚ ਖੜੋ। ਇਹਨਾਂ ਆਪਣੇ ਜੀਵਨ ਦਾ ਸਾਰਾ ਧਰਮ ਦਾ ਦਾਰੋ ਮਦਾਰ ਦਰਵਾਜ਼ਾ ਹੀ ਬਣਾ ਲਿਆ, ਤਨ ਤੱਕ ਹੀ ਇਹਦੀ ਪਛਾਣ ਰਹਿ ਗਈ ਕੋਈ ਕਿੰਡਾ ਕੁ ਧਰਮ ਨਹੀਂ, ਤਨ ਤੱਕ ਹੀ ਇਹਦਾ ਕਰਮ ਰਹਿ ਗਿਆ ਕੋਈ ਕਿੰਡਾ ਕੁ ਕਰਮ ਨਹੀਂ। ਤੇ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਜੀਵਨ ਦਿੱਤਾ ਹੋਇਆ ਸੀ ਓਨੀ ਦੇਰ ਨਿਰਤ ਕਰਦਾ ਰਿਹਾ, ਪਰ ਮਾਇਆ ਦੇ ਭੁਲੇਖੇ ਵਿੱਚ ਇੱਕ ਵੱਖਰਾ ਵਿਸ਼ਾ ਹੈ ਕਿ ਆਪਾਂ ਇੱਕ ਵਾਰ ਕਰ ਚੁੱਕੇ ਹਾਂ, ਅੱਬ ਉਹ ਨੱਚ ਨੂੰ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ। ਮਨੁੱਖ ਦਾ ਸਾਰਾ ਜੀਵਨ ਇੱਕ ਨਾਚ ਹੈ ਤੇ ਮੈਲ ਕੀਤੀ ਸੀ, ਨਾਚ ਤੁਰਨ ਨੂੰ ਨਹੀਂ ਕਹਿੰਦੇ, ਤੁਰਨ ਲਈ ਕੋਈ ਲੈ ਕੋਈ ਗਤ ਕੋਈ ਠੇਕਾ ਨਹੀਂ ਵੱਜਦਾ, ਉਹਦੀ ਕੋਈ ਸਪੀਡ ਨਿਸ਼ਚਿਤ ਨਹੀਂ ਹੁੰਦੀ, ਦੋ ਕਦਮ ਤੇਜ਼ ਤੁਰ ਲਓ ਦੋ ਘੱਟ ਤੁਰ ਲਓ, ਪਰ ਲੇਕਿਨ ਨਾਚ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਹੁਕਮ ਵਿੱਚ ਹੁੰਦਾ, ਬੰਧਨ ਵਿੱਚ ਹੁੰਦਾ। ਜਿਵੇਂ ਨਾਲ ਤਬਲਾ ਵੱਜਦਾ, ਤਬਲੇ ਦਾ ਇੱਕ ਸਕਿੰਟ ਭਰ ਵੀ ਤੂੰ ਉਹਦੇ ਤੋਂ ਵੱਖ ਨਹੀਂ ਹੋ ਸਕਦਾ, ਉਹਦੀ ਚਾਲ ਨਾਲ ਬੰਨਿਆ ਹੋਇਆ ਤੇਰਾ ਕਦਮ ਹੈ, ਜੇ ਹੋ ਗਿਆ ਤਬੇ ਤਾਰ ਹੋ ਗਿਆ। ਕਹਿਣ ਲੱਗੇ ਤੇਰਾ ਜੀਵਨ ਵੀ ਬੇਤਾਲ ਹੀ ਚੱਲਦਾ ਰਿਹਾ, ਕਿਉਂਕਿ ਰੱਬੀ ਹੁਕਮ ਵਿੱਚ ਮਰਿਆਦਾ ਵਿੱਚ ਚੱਲਣਾ ਚਾਹੀਦਾ ਸੀ, ਪਰ ਉਹ ਨਿਰਤ ਤਾਂ ਕਰਦਾ ਰਿਹਾ ਪਰ ਬੇਤਾਲ ਕਰਦਾ ਰਿਹਾ, ਗੱਲਾਂ ਤਾਂ ਕਰਦਾ ਰਿਹਾ ਪਰ ਬੇਤਾਲ ਕਰਦਾ ਰਿਹਾ, ਕਥਾ ਵਾਰਤਾ ਤਾਂ ਹੁੰਦੀ ਰਹੀ ਪਰ ਕਰਮ ਖੇਤਰ ਦੀ ਹੁੰਦੀ ਰਹੀ, ਧਰਮ ਖੇਤਰ ਦੀ ਨਾ ਹੋ ਸਕੀ। ਪਰ ਕਹਿਣ ਲੱਗੇ ਹੁਣ ਕੀ ਵੇਖਿਆ, ਜਿਹੜਾ ਇਸ ਸਰੀਰ ਦੇ ਵਾਜੇ ਨੂੰ ਵਜਾ ਰਿਹਾ ਸੀ, ਜੀਵਨ ਦੇ ਵਾਜੇ ਨੂੰ ਵਜਾ ਰਿਹਾ ਸੀ, ਕਿੱਧਰ ਚਲਾ ਗਿਆ? ਯੋਗੀ ਤਾਂ ਚਲਾ ਗਿਆ, ਟੂਟੀ ਤੰਤ ਨਾ ਵਜੇ ਰਬਾਬ, ਸਾਖੀ ਸ਼ਬਦ ਸੁਰਤ ਨਹੀਂ ਉਪਜੇ, ਨਾ ਹੁਣ ਸਾਖੀਆਂ ਨਾ ਸ਼ਬਦ ਨਾ ਸੁਰਤ, ਇਹ ਸਾਰੀਆਂ ਚੀਜ਼ਾਂ। ਇਹ ਗੱਲ ਵੱਖਰੀ ਹੈ ਕਿ ਸੁਰਤੀ ਵਿੱਚ ਮਨੁੱਖ ਕੀ ਵਜਾ ਰਿਹਾ ਸੀ, ਕਿਉਂਕਿ ਹਰ ਗੱਲ ਲਈ ਸੁਰਤ ਚਾਹੀਦੀ ਹੈ, ਮਾਇਆ ਦਾ ਨਾਚ ਨੱਚਣਾ ਹੋਵੇ ਤਦ ਵੀ ਸੁਰਤ ਚਾਹੀਦੀ, ਜੇ ਧਨ ਦਾ ਨਾਚ ਨੱਚਣਾ ਹੋਵੇ ਤਦ ਵੀ ਸੁਰਤ, ਜੇ ਧਰਮ ਦਾ ਨਾਚ ਨੱਚਣਾ ਹੋਵੇ ਤਦ ਵੀ ਸੁਰਤ ਚਾਹੀਦੀ, ਪਰ ਹੁਣ ਸੁਰਤ ਰਹੀ ਨਹੀਂ, ਸਾਖੀ ਸ਼ਬਦ ਸੁਰਤ ਨਹੀਂ ਉਪਜੇ, ਖਿੰਚ ਤੇਜ ਸਭ ਲੀਨਾ, ਉਹ ਸਾਰਾ ਤੇਜ ਸ਼ਕਤੀ ਜਿਹੜੀ ਅੰਦਰ ਚੱਲ ਰਹੀ ਸੀ ਉਹ ਪਾਰ ਬ੍ਰਹਮ ਪਰਮੇਸ਼ਵਰ ਮਾਧੋ ਪਰਮਹੰਸ ਦੇ ਸਿਧਾਨਾਂ ਦੇ ਹੁਕਮ ਵਿੱਚ ਚਲੀ ਗਈ। ਖਿੰਚ ਤੇਜ ਸਭ
कारण सर जी अगे व्याकुल रहते सर कोई ना कोई गीत संगीत कोई गल बात सुन ले उन्होंने व्याकुलता भी खत्म हो गई है हम कोई कोल बैठा गीत गाई जाए उन्होंने कोई उत्साह नहीं असि सुन जोगे नहीं रहे इंद्री का बल मनो दसे इंद्रियां ही जड़िया ने कर्म इंद्रे ज्ञान इंद्रे सारे का बल खत्म हो गया चरण रहे जेडे पैर सन वो भी रह गए चरण चरण रहे कर ढक परे हैं जेडे हाथ सन वो भी स्थिर हो गए हम तो चमन फड़ना भी औखा हो गया ग्राही फड़ के थाली विचों मुंह तक ले जानी हो कि हाथ कम रहे ने चरण रहे कान धरक परे हैं मुखो नानक से वार्ता हुण मुंह चित करदा है बोलण नु कोई गल करा पर आवाज साथ नहीं दिंदी बोल साथ नहीं दिंदे शब्द शुद्ध नहीं रहे मुखो नानक से वार्ता कहन लगे मृतक भय दसे बंद छूटे जड़े ये दस कर्म ते ज्ञान इंद्र सन इन्हों का बंधन भी खत्म हो गया जो मृतक हो गए दसे बंद छूटे इवन इथों तक कि शरीर न संबंध रखने वाले मित्र भाई वह भी छड़ गए गल सिर्फ शरीर के द्वारे चल रही कह लगे था कि पंच दूत सब तस्कर आप अपना पढ़ते कहने लगे जेडे पांच दूत सब तस्कर सन अंदर लुटना मचाई हुई सी गुणा दी वो भी थक गए थाका मन कुंचर मन जेड़ा हाथी रूप सी वो भी थक गया हिरदा भी थक गया हुण कोई सोच नहीं रही ये सारिया चीजा उस तेज के सूत विच भजिया हुई सन जेड़ा तेज परमेश्वर पारब्रह्म ने दिता सी जोत शक्ति ये सारिया चीजा उसे दी पर जिस वेले वह चला गया काम भी गया क्रोध भी गया लोह भी गया मोह भी गया अहंकार भी गया सारे चले गए कह लगे हूं तो मैंने दिसदा है कि सारिया चीजा सिर्फ देह तक ही सन ਜਿਹਦੇ ਦੁਆਲੇ ਮੈਂ ਜਿਸ ਦਰਵਾਜ਼ੇ 'ਤੇ ਮੈਂ ਖੜਾ ਹੋ ਗਿਆ ਸਾਂ ਮੈਂ ਸਮਝਿਆ ਸੀ ਮੇਰੇ ਜੀਵਨ ਦਾ ਮਕਸਦ ਦੇਹ ਵਿੱਚੋਂ ਪੂਰਾ ਹੋ ਜਾਏਗਾ ਖੋਰੇ ਮੈਨੂੰ ਇਸੇ ਲਈ ਮਿਲੀ ਅਤੇ ਮੇਰੀ ਇਹ ਸੀ ਕਿ ਇਹ ਦਰਵਾਜ਼ਾ ਲੰਘ ਕੇ ਅੱਗੇ ਜਾ ਇਹ ਦਰ ਤੋਂ ਅੱਗੇ ਘਰ ਤੱਕ ਪਹੁੰਚ ਪਰ ਹੋਇਆ ਕਿ ਮ੍ਰਿਤਕ ਭਏ ਦਸੇ ਬੰਧ ਛੁੱਟੇ ਮਿੱਤਰ ਭਾਈ ਸਭ ਛੋਰੇ ਜਦੋਂ ਇਹ ਦਸੇ ਬੰਧ ਟੁੱਟ ਗਏ ਛੁੱਟ ਗਏ ਉਹ ਸਿਰੇ ਮਿੱਤਰ ਜਿਹੜੇ ਸਨ ਰਿਸ਼ਤੇਦਾਰ ਜਿਹੜੇ ਸਨ ਉਹ ਵੀ ਕਿਉਂਕਿ ਦੇਹ ਕਰਕੇ ਸਨ ਦੇਹ ਦੇ ਮਿੱਤਰ ਨੇ ਜਿਸ ਵੇਲੇ ਦੇਹ ਖਤਮ ਹੋ ਗਈ ਉਹ ਵੀ ਛੱਡ ਕੇ ਚਲੇ ਗਏ ਕਹਿਣ ਲੱਗੇ ਹੁਣ ਦੇਹ ਖਤਮ ਹੋ ਗਈ ਹੈ ਇਹਨੂੰ ਕਿਸੇ ਚਿਖਾ ਵਿੱਚ ਜਾਂ ਕਿਸੇ ਕਬਰ ਵਿੱਚ ਦਫਨਾ ਲਿਓ ਉਹ ਵੀ ਛੱਡ ਗਏ ਕਹਿਣ ਲੱਗੇ ਸਾਰੀ ਕਹਾਣੀ ਜੋਗੀ ਨੇ ਸਮਝਣੀ ਹੈ ਤਾਂ ਕਿ ਹਰ ਜੋਗੀ ਅਸਫਲ ਨਾ ਹੋਵੇ ਹਰ ਜੋਗੀ ਅਸਫਲ ਨਾ ਹੋਵੇ ਇਹ ਜਾਂ ਕਹਾਣੀ ਜੋਗੀ ਸਮਝ ਲੈ ਤੇ ਜੇ ਇਹ ਕਹਾਣੀ ਸਮਝ ਲੈ ਤਾਂ ਫਿਰ ਉਹ ਬੰਧਨ ਜਿਹੜੇ ਉਹਨੇ ਦਰਵਾਜ਼ੇ ਦੇ ਚਾਰ ਚਫੇਰੇ ਬਣਾਏ ਨੇ ਜਿਸ ਜਾਲ ਵਿੱਚ ਫਸ ਰਿਹਾ ਹੈ ਤਣ ਦੇ ਜਾਲ ਵਿੱਚ ਅੱਖਾਂ ਨਾਲ ਦੇਖਣਾ ਕੀ ਹੈ ਕੰਨਾਂ ਨਾਲ ਸੁਣਨਾ ਕੀ ਹੈ ਮੂੰਹ ਨਾਲ ਬੋਲਣਾ ਕੀ ਹੈ ਪੈਰਾਂ ਨਾਲ ਚੱਲਣਾ ਕਿੱਧਰ ਹੈ ਹੱਥਾਂ ਨਾਲ ਕਰਨਾ ਇਹ ਸਾਰਾ ਚਾਕ ਫਿਰ ਜਾਲ ਬੁਣ ਕੇ ਇਹਨੇ ਇਸੇ ਵਿੱਚੋਂ ਹੀ ਤੁਹਾਨੂੰ ਕਲਪ ਲੜਨਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਜਿਸ ਦਿਨ ਜੋਗੀ ਇਸ ਗੱਲ ਨੂੰ ਸਮਝ ਗਿਆ ਕਿ ਇਹ ਧਰਮ ਕਰਨ ਦਾ ਜਾਲ ਦੇਹ ਨਹੀਂ ਦੇਹ ਤੱਕ ਕੇਵਲ ਲੰਘਣ ਲਈ ਦਰਵਾਜ਼ਾ ਹੈ ਤੇ ਫਿਰ ਕੀ ਹੋਏਗਾ ਉਹ ਜਿਉਂਦਿਆਂ ਹੀ ਇਸ ਬੰਧਨ ਵਿੱਚੋਂ ਨਿਕਲ ਜਾਏਗਾ ਜਿਹੜਾ ਕੰਮ ਕੁਦ ਲੋਭ ਮੋਹ ਹੰਕਾਰ ਮਰਨ ਤੋਂ ਬਾਅਦ ਖਤਮ ਹੋਣੇ ਨੇ ਉਹ ਖਤਮ ਤਾਂ ਹੋ ਜਾਣੇ ਕਿ ਕ੍ਰੋਧ ਇਹਦੇ ਕੋਲ ਜਿਸ ਵੇਲੇ ਮਰ ਗਿਆ ਮਰਨ ਤੋਂ ਬਾਅਦ ਕ੍ਰੋਧ ਰਹਿ ਜਾਏਗਾ ਉਸ ਵਕਤ ਕੋਈ ਕਹੋ ਸਤਗੁਰੂ ਨੇ ਬਾਣੀ ਵਿੱਚ ਆਖਿਆ ਭਾਵੇਂ ਚੰਦੇ ਨੂੰ ਚੜਾਵੇ ਕਹੋ ਉਸਦੇ ਕੋਲ ਕਮਣੇ ਫਲ ਪਾਵੇ
जो मृतक को चंदन चढ़ावे उसके को कमड़े फल पावे, जो मृतक को बिस्टा मैं रुलाई तो मृतक का क्या कट जाई, इन रूड़ी ते सुटावे ते कभी गुस्सा आएगा, तू मेरा अपमान कर रहे, उनका क्रोध खत्म हो गया। जीवन दे को 10-20-50,000 लाख रुपया उनकी जेब चो कट के लै गया, उन्होंने लोभ आएगा कि गलत कर रहा मेरा पैसा है। मर गए जेड़े काम क्रोध लोभ अहंकार ने जीवदियां तक साथ देना, मरदियां छड़ ही देना, उन्होंने भी छड़ देना। ते जे तू जीवित बंधन तोड़े पहले ही वह बंधन तोड़ देना, काम क्रोध लोभ अहंकार के ग्रिप में जावे ही ना, ईर्ष्या द्वेषता के जाल में फंसे ही ना। जे तू केवल तन नु सजाण ते लंगर छकाण के जाल में फंसे ही ना, तू गुरुद्वारे जावे ते वेखे मैं गुरमत ते गुरबाणी समझ चलिया कोई हर्ज नहीं। जे समा आया ते लंगर भी छक लवांगा, पर मेरा मकसद ये अज के सच्चाई है आओ देखियो गुरुद्वारे में जाके, बल्कि मैंने अज तक मैं नाम नहीं जाने चाहता, पासी नासी स्थान ते था नरका गए ते दीवाणी संगत बिल्कुल किड़े मथे फड़े ने सज्जन ਸਿਰਫ ਹੋ ਗਿਆ ਤੇ ਲੰਗਰ ਵਿੱਚ ਗਿਆ ਤੇ ਬੈਠਣ ਨੂੰ ਥਾਂ ਉਹਨਾਂ ਉਹਨਾਂ ਦਿਨਾਂ ਅੰਦਰ ਉਹ ਕੋਸ਼ਿਸ਼ ਕਰ ਰਹੇ ਸਨ ਵੀ ਗੁਰਦੁਆਰਾ ਨਵਾਂ ਬਣਾਇਆ ਤੇ ਮੈਂ ਕਿਹਾ ਉਹ ਕਾਹਨੂੰ ਬਣਾਉਂਦੇ ਹੋ ਆਹ ਬਣਾਓ, ਉਹ ਹਾਲ ਵਧਾਉਣ ਦੀ ਲੋੜ ਨਹੀਂ, ਉੱਥੇ ਕਿਸੇ ਨੇ ਜਾਣਾ ਹੀ ਨਹੀਂ, ਆਹ ਹਾਲ ਵੱਡਾ ਕਰੋ ਜਿੰਦੀ ਥੁੜ ਪੈ ਰਹੀ ਹੈ। ਤੂੰ ਇੱਕ ਖਿਆਲ ਕਰਿਓ ਸਮਝਣ ਵਾਲੀ ਗੱਲ ਇਹ ਹੈ ਕਿ ਮਨੁੱਖ ਦੇ ਜੀਵਨ ਦਾ ਆਦਰਸ਼ ਕੀ ਹੋਈ ਹੈ। ਤੇ ਗੁਰੂ ਨੇ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਆਖਰੀ ਲਾਈਨ ਵਿੱਚ ਆਖੀ, ਕਹਿਣ ਲੱਗੇ ਜਿਸ ਤਨ ਦੀ ਕਿਰਿਆ ਤੇ ਕਰਮ ਨੂੰ ਤੂੰ ਧਰਮ ਸਮਝ ਕੇ ਆਪਣੇ ਜਾਲ ਦੁਆਲੇ ਬੁਣ ਲਿਆ ਕਿ ਸਭ ਕੁਝ ਧਰਮ ਕਰਮ ਇਸੇ ਤਨ ਵਿੱਚ ਹੈ, ਕਾਇਆ ਵਿੱਚ ਹੈ। ਕਹਿਣ ਲੱਗੇ ਜਿਸ ਦਿਨ ਇਹ ਜੀਵ ਆਤਮਾ ਰੂਪ ਜੋਗੀ ਚਲਾ ਗਿਆ ਜਿਹੜਾ ਮਿਲਦਾ ਆਇਆ ਸੀ, ਉਸ ਦਿਨ ਇਸ ਤਨ ਦੇ ਜਿੰਨੇ ਬੰਧਨ ਨੇ ਇਹ ਸਾਰੇ ਟੁੱਟ ਜਾਣੇ ਨੇ, ਤੇਰੇ ਪੱਲੇ ਕੁਝ ਨਹੀਂ ਰਹਿਣਾ। ਤੇ ਕਹਿਣ ਲੱਗੇ ਜੇ ਇਹਨਾਂ ਨੇ ਆਪੇ ਹੀ ਤੈਨੂੰ ਛੱਡ ਜਾਣਾ ਤੇ ਚੰਗੀ ਗੱਲ ਨਹੀਂ, ਤੇਰਾ ਯੋਗ ਸੰਪੂਰਨ ਹੋ ਜਾਏ, ਤੂੰ ਆਪਣੇ ਜੀਵਦੇ ਇਹਨਾਂ ਨੂੰ ਛੱਡ ਦੇ। ਕਹਿਣ ਲੱਗੇ ਜੋਗੀ ਨੇ ਜਿਨ੍ਹਾਂ ਨੇ ਯੋਗ ਨੂੰ ਸਮਝ ਲਿਆ, ਉਹ ਇਸ ਜਾਲ ਵਿੱਚ ਇਸ ਬੰਧਨਾਂ ਵਿੱਚ ਤਨ ਦੇ ਬੰਧਨਾਂ ਵਿੱਚ ਤਨ ਦੇ ਧਰਮ ਕਰਨ ਵਿੱਚ ਨਹੀਂ ਫਸਦੇ, ਬਲਕਿ ਉਹ ਆਪਣੇ ਜਿਉਂਦਿਆਂ ਹੀ ਇਹ ਬੰਧਨ ਤੋੜ ਦਿੰਦੇ ਨੇ। ਜਾਲ ਬਣਾ ਲਿਆ, ਉਹਦੇ ਵਿੱਚ ਫਸਿਆ ਹੋਇਆ ਹੈ। ਮੈਂ ਤੇ
कई बार कहना, जिथे भी जाओ ना सत्संगी लोग भी जिन्ने क्वेश्चन हिरदे विच लई बैठे ने उन्ने उन्हां लोगों कोल नहीं जिहड़े धर्म नहीं मिलदे नास्तिक पुरश ने ना उन्हां कोल बहुते क्वेश्चन नहीं हुंदे आ। कदी तुसीं वेखोगे जिहड़ा आदमी नास्तिक है धर्म भी होना है वह तुहाडे ते बहुते धार्मिक सवाल नहीं करेगा, वो कहता मेरा कोई एजेंडा ही नहीं, मैं समझना ही की। जिन्ना कोई धर्म के नेड़े टुकन के इरादे वाला मनुख होएगा उनके को 10 मिनट बैठो सवाल ते सवाल करता जाएगा ते सवाल हमेशा उलझन विचों पैदा होंगे ने कन्फ्यूजन विचों पैदा होंगे ने। इनका मतलब धर्म के नाम थले मनुख इन्ना कन्फ्यूज हो चुका है कि धर्म उनके लिए जाल बन गया है, ये नहीं समझ आ रही भी की करा कि मैं धर्मी हो जावा, क्यों जी पग बनना केड़ा खाना खावा किन्दे कोल बैठा कितने जावा कितने ना जावा किन्ने बजे इशनान करा कड़ा प्रसाद दी देख नूं भोग किवें लवाया जाए, ये सारा कुछ वो धर्म के दुआले एक जाल वांगू बुड़ी बैठा है ते हमेशा पूछी जांदा है कि ते मेरे कोलों आ काम इउं ना हो जाए कि मत मैं धर्मी ना रहा। धर्मों के दुआले जाल बन गया और इसे भी बन गया क्योंकि मनुख ने धर्म का सारा आडंबर दे नाल संबंधित कर लिया। खाना भी केड़ा खावा दे करके, कपड़ा भी केवल पहन दे करके, क्योंकि दे नाल है। तो गुरु ने आखिया भी ये सारे हम बंधन बन गए, हम तो धर्म भी एक बंधन बन गया। तो जे तू समझ लवे योग की है, असल में जोगी बन जाए तो फिर जीवित बंधन तोड़े जीवदिया ये बंधन छड दे, केवल ते केवल रब दे हुक्म रूपी बंधन विच आ जीव तुम राखो तेरी ही रहना जो तुम कहो सोई मैं करना। सो गुरु ने बाबा कबीर जी ने लाओ बड़े खूबसूरत अखीरली लाइन में आके कह लगे कहत कबीरा जो हर त्यावे जीवत बंधन तोरे नहीं ते ए मनुखा देही ते इस मनुखा देही दे अंदर प्रभु प्राप्ति केवल मनुखा देही दे द्वारे खड़ी है इसलिए एक उलझन बन गई हुई है। गुरु बख्शिश करे सानू अंदर दे जीवन की स्वच्छता मिले इन्हें शब्दों नाल समझा जा चुका। फतेह बुलाओ वाहेगुरु जी का खालसा वाहेगुरु जी की फतेह। राम कल महला तीजा आनंद क्यों का